ਡੈਮੋਕਰੈਟਿਕ ਰਾਈਟ ਹੈ। ਮੈਂ ਤੇ ਆਸ ਕਰਨਾ ਜੀ ਕਿ ਹਰ ਬੈਠਕ ਹੀ ਫਰੂਟਫੁਲ ਰਹੀ ਹੈ, ਪਿਛਲੀ ਬੈਠਕ ਵੀ ਫਰੂਟਫੁਲ ਰਹੀ ਔਰ ਉਹਦਾ ਰਿਜ਼ਲਟ ਬੜਾ ਪੋਜ਼ਿਟਿਵ ਆਇਆ। ਅਸੀਂ ਅਰਦਾਸ ਕਰ ਰਹੇ ਹਾਂ ਕਿ ਇਹ ਬੈਠਕ ਸਫਲ। ਅੱਛਾ ਹੈ ਕਿ ਇਹ ਵਿਚਾਰ ਮੰਤਰ ਚੱਲ ਰਿਹਾ ਭਾਰਤੀ ਜਨਤਾ ਪਾਰਟੀ ਕਿਸਾਨਾਂ ਦੀ ਸਮਰਥਕ ਪਾਰਟੀ ਹੈ। ਸਾਡੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੇ ਇਹ ਸੁਧਾਰ ਵੀ ਕੀਤੇ ਨੇ। ਉਹ ਸੁਧਾਰ ਨੇ ਕਿ ਜਿਹੜੇ ਸਭ ਤੋਂ ਪਹਿਲੇ ਇਹ ਕਾਂਗਰਸ ਪਾਰਟੀ ਇਹ ਲੈ ਕੇ ਆਈ ਸੁਧਾਰਾਂ ਬਾਰੇ ਮਤਾ, ਜਿਹਦੇ ਵਿੱਚ 2017 ਵਿੱਚ ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਮੈਨੀਫੈਸਟੋ ਦੇ ਵਿੱਚ ਕਿਹਾ ਸੀ ਕਿ ਅਸੀਂ ਸੁਧਾਰ ਕਰਾਂਗੇ। 2019 ਦੇ ਵਿੱਚ ਫਿਰ ਕੈਪਟਨ ਅਮਰਿੰਦਰ ਸਿੰਘ ਉਹ ਲਿਖਿਆ ਹੋਇਆ ਮੈਨੀਫੈਸਟੋ ਕਿ ਸੁਧਾਰ ਜਿਹੜੇ ਨੇ ਉਹ ਕਰਨਗੇ ਪਰ ਕੀਤੇ ਨਹੀਂ ਕਿਉਂਕਿ ਇੱਛਾ ਸ਼ਕਤੀ ਦੀ ਕਮੀ ਸੀ। ਸ਼ਰਦ ਪਵਾਰ ਜੀ ਨੇ ਕਿਹਾ ਅਸੀਂ ਇਹ ਸੁਧਾਰ ਕਰਾਂਗੇ, ਜਦੋਂ ਐਗਰੀਕਲਚਰ ਮਿਨਿਸਟਰ ਸੀ ਤਦ ਸਫਲ ਨਹੀਂ ਹੋਏ। ਰਾਹੁਲ ਗਾਂਧੀ ਜਿਹੜੇ ਹੈਗੇ ਨੇ ਉਹ ਵੀ ਇਹਦੇ ਬਾਰੇ ਸਮਰਥਨ ਕਰ ਚੁੱਕੇ ਨੇ ਬੈਠਕਾਂ ਦੇ ਵਿੱਚ, ਪ੍ਰੈਸ ਕਾਨਫਰੰਸ ਦੇ ਵਿੱਚ। ਸੋ ਅੱਜ ਕਾਂਗਰਸ ਬੈਕਫੁੱਟ ਤੋਂ ਜਾ ਹੀ ਨਹੀਂ ਸਕਦੀ, ਕਾਂਗਰਸ ਦੀ ਤਾਂ ਆਪਣੀ ਮੰਗ ਸੀ ਪਰ ਕਾਂਗਰਸ ਦੀ ਇੱਛਾ ਸ਼ਕਤੀ ਦੀ ਕਮੀ ਸੀ। ਨਰਿੰਦਰ ਮੋਦੀ ਜੀ ਕਿਸਾਨ ਸਮਰਥਕ ਨੇ, ਉਹਨਾਂ ਨੇ ਇਹ ਸੁਧਾਰ ਕੀਤੇ ਨੇ, ਅੱਜ ਦੀ ਮੰਗ ਨਹੀਂ। ਇਹ ਸੁਧਾਰ ਬਹੁਤ ਪੁਰਾਣੀ ਮੰਗ ਚੱਲਦੀ ਆ ਰਹੀ ਹੈ।